कथा कहिए गुरुपाय, अकत कथा कहिए गुरुपाय। सतगुरु नानक प्रगटिया, सतगुरु नानक प्रगटिया, मिट्टी धुंद जग चानन होवा, 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 मिट्टी धुंद जग। ज्यों कर सूरज निकलिया, ज्यों कर सूरज निकलिया, तारे छपे अंधेर पलोवा, तारे छपे अंधेर पलोवा, धन गुरु नानक देव साहिब जी, धन गुरु नानक देव साहिब जी। धन गुरु नानक, धन गुरु नानक, धन गुरु नानक, धन गुरु नानक। तू ही निरंकार, तू ही निरंकार, तू ही निरंकार, तू ही निरंकार, धन गुरु नानक तू ही निरंकार, धन गुरु नानक तू ही निरंकार, मिट्टी धुंद जग चानन होवा, मिट्टी धुंद जग चानन होवा, मिट्टी धुंद जग। सतगुर नानक प्रगटिया, सतगुर नानक प्रगटिया, मिट्टी धुंद जग चानन होवा, मिट्टी धुंद जग चानन होवा, मिट्टी धुंद जग चानन। बहुत प्रेम सत्कार और श्रद्धा भावना दे नाल साहिब कमाल सरबंस सदानी पिता धन धन गुरु गोबिंद सिंह महाराज जी की बख्शी हुई फतेह दे नाल सांझ पाइए। कोई रसना वांझी ना रहे, गज के बुलाओ जी, वाहिगुरु जी का खालसा, वाहिगुरु जी की फतेह। रब्बी बाणी आसा की वार दे शब्द कीर्तन आप जी ने बहुत प्रेम दे नाल गुरु के कीर्तनिया पासों सरवण कीते हन। लड़ीवार गुर शब्द दी विचार दा समा है। तन साहिब श्री गुरु ग्रंथ साहिब महाराज गुरु नानक गोबिंद रूप दसां पातशाहियां दे आत्मिक जोत चवर तख्त दे मालिक कुल मनुखता दे सर्ब सांझे रहबर तिन्हां दी हजूरी दा आनंद माणदिआं होइआं बाबा जोरावर सिंह बाबा फतेह सिंह जी दे अस्थान इस पवित्र धरती दे उपर आप जी
ਸੁਭਾਗੇ ਅੰਮ੍ਰਿਤ ਵੇਲੇ ਸਮੇਂ 'ਤੇ ਹਾਜ਼ਰੀਆਂ ਭਰ ਕੇ ਜੁੜ ਕੇ ਸੰਗਤ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਜੀਵਨ ਦੇ। ਆਓ ਲੜੀ ਦੀ ਜੋ ਵਿਚਾਰ ਹੈ ਉਸ ਦੇ ਨਾਲ ਸਾਂਝ ਪਾਈਏ। ਕੱਲ੍ਹ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਗੌੜੀ ਰਾਗ ਦੇ ਅੰਦਰ ਦੂਸਰੇ ਸ਼ਬਦ ਦੀ ਵਿਚਾਰ ਸਾਂਝੀ ਕਰ ਰਹੇ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ ਸਾਡੇ ਉੱਪਰ, ਅਸੀਂ 550 ਸਾਲਾਂ ਪਵਿੱਤਰ ਅਰਧ ਸ਼ਤਾਬਦੀ ਦਾ ਜੋ ਪ੍ਰਕਾਸ਼ ਪੁਰਬ ਮਹਾਰਾਜ ਜੀ ਦਾ ਮਨਾ ਰਹੇ ਹਾਂ, ਇਹ ਸਫਲਾ ਹੋ ਜਾਵੇ। ਇੱਕ ਕਿਣਕਾ ਉਹਦੀ ਸਿੱਖਿਆ ਦਾ ਜੋ ਬਹੁਤ ਵੱਡਾ ਪ੍ਰਸਾਦ ਹੈ। ਕੋਈ ਪੁੱਛੇ ਨਾ ਕਿ ਪ੍ਰਸਾਦ ਕੀ ਹੈ ਗੁਰੂ ਨਾਨਕ ਦਾ, ਗੁਰੂ ਦਾ ਪ੍ਰਸਾਦ ਕੀ ਹੈ, ਗੁਰਪ੍ਰਸਾਦ ਜਿਹਨੂੰ ਕਹਿੰਦੇ ਨੇ, ਉਹਦੀ ਸਿੱਖਿਆ ਉਹਦਾ ਪ੍ਰਸਾਦ ਹੈ। ਕੋਈ ਪਦਾਰਥ ਕੋਈ ਵਸਤੂ ਪ੍ਰਸਾਦ ਨਹੀਂ ਹੈ, ਇਹ ਤਾਂ ਦਾਤਾਂ ਨੇ ਉਸ ਮਾਲਕ ਦੀਆਂ, ਉਸ ਵਾਹਿਗੁਰੂ ਦੀਆਂ। ਇਹ ਮਿਠਾਸ ਦਾ ਕੜਾ ਪ੍ਰਸ਼ਾਦ, ਇਹ ਤਾਂ ਪ੍ਰਤੀਕ ਹੈ ਗੁਰੂ ਦੀ ਬਖਸ਼ਿਸ਼ ਦਾ, ਕਿਰਪਾ ਦਾ। ਅਸਲ ਪ੍ਰਸ਼ਾਦ ਹੈ ਲੰਗਰ ਚੱਲੇ ਗੁਰ ਸ਼ਬਦ ਹਰ। ਲੰਗਰ ਪ੍ਰਸ਼ਾਦ ਗੁਰੂ ਦਾ ਸ਼ਬਦ ਹੈ, ਗੁਰੂ ਦੀ ਸਿੱਖਿਆ ਹੈ, ਜੋ ਅਸੀਂ ਨਿਰੰਤਰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਅਤੇ ਆਪਣੀ ਝੋਲੀ ਦੇ ਵਿੱਚ ਪਵਾਉਣੀ ਹੈ। ਪਰਸੋਂ ਦੀ ਗੱਲ ਹੈ, ਅੱਜ ਕੱਲ੍ਹ ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ, ਅਤੇ ਅਸੀਂ ਸਾਰੇ ਹੀ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਬੱਚੇ ਬਜ਼ੁਰਗ ਹਰ ਸਾਲ ਦੀ ਤਰ੍ਹਾਂ ਇਸ ਵਾਰ ਤਾਂ ਦੁੱਗਣਾ ਚਾਹ ਹੈ, ਕਿਉਂਕਿ 550 ਸਾਲਾਂ ਅਰਧ ਸ਼ਤਾਬਦੀ ਦਾ ਸਮਾਂ ਹੈ। ਅਤੇ ਮੈਨੂੰ ਕਿਸੇ ਨੇ ਦੱਸਿਆ, ਗੁਰਮੁਖ ਪਿਆਰੇ ਨੇ, ਵੀ ਮੈਂ ਆਵਾਜ਼ ਦਿੱਤੀ ਕਿ ਭਾਈ ਪ੍ਰਭਾਤ ਫੇਰੀ 'ਚ ਚੱਲੀਏ, ਅਤੇ ਉਹ ਅੱਗੋਂ ਕਹਿੰਦਾ ਲੜਕਾ, ਕਹਿੰਦਾ ਮੰਮੀ ਨੇ ਘਰੇ ਪਕੌੜੇ ਬਣਾ ਲਏ ਆ, ਮੰਮੀ ਜੀ ਨੇ ਘਰੇ ਪਕੌੜੇ ਬਣਾ ਲਏ ਆ। ਇਹਦਾ ਮਤਲਬ ਇਹ ਹੋਇਆ ਵੀ ਅਸੀਂ ਪਕੌੜੇ ਖਾਣ ਜਾਂਦੇ ਹਾਂ ਪ੍ਰਭਾਤ ਫੇਰੀ ਦੇ ਵਿੱਚ। ਇਹ ਵਿਚਾਰਨ ਵਾਲੀ ਗੱਲ ਜੇ, ਮੈਂ ਤਾਂ ਕਰਕੇ ਇਸ਼ਾਰਾ ਕੀਤਾ ਹੈ ਕਿ ਸਾਡਾ ਧਿਆਨ ਜਿਹੜਾ ਖਾਣ ਪੀਣ ਵਾਲੀ ਹੈ ਬਸ, ਵੀ ਅਸੀਂ ਸਮਝਦੇ ਹਾਂ ਵੀ ਪਕੌੜੇ ਖਾ ਲਏ, ਬਰਫੀ ਖਾ ਲਈ, ਲੱਡੂ ਖਾ ਲਏ, ਸਮੋਸੇ ਖਾ ਲਏ, ਕਚੌਰੀਆਂ ਖਾ ਲਈਆਂ, ਕੜੀ ਚੌਲ ਖਾ ਲਏ ਅਤੇ ਗੁਰਪੁਰਬ ਮਨਾ ਲਿਆ। ਪ੍ਰਭਾਤ ਫੇਰੀ ਦਾ ਮਤਲਬ ਵੀ ਅਸੀਂ ਇਹ ਕੱਢ ਲਿਆ ਹੈ। ਐਕਚੁਅਲ ਪ੍ਰਭਾਤ ਫੇਰੀ ਦਾ ਮਤਲਬ ਹੈ ਕਿ ਪ੍ਰਭਾਤ ਦੇ ਸਮੇਂ ਦੇ ਵਿੱਚ ਗੁਰੂ ਦੀ ਸਿੱਖਿਆ, ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਇਸ ਕਦਰ ਪੜ੍ਹੀ ਜਾਵੇ। ਪ੍ਰਭਾਤ ਜਿਹੜੀ ਹੈ ਉਹ ਇਕਾਗਰਤਾ ਦੇ ਲਈ ਬਹੁਤ ਢੁੱਕਵਾਂ ਸਮਾਂ ਹੈ। ਜਦੋਂ ਮਨੁੱਖ ਸੰਸਾਰਿਕ ਝਮੇਲਿਆਂ ਦੇ ਵੱਲੋਂ ਬੇਫਿਕਰ ਹੁੰਦਾ ਹੈ, ਜਿਉਂ ਜਿਉਂ ਸੂਰਜ ਨਿਕਲਦਾ ਹੈ ਤਿਉਂ ਤਿਉਂ ਫਿਕਰ ਵੀ ਵੱਧਦਾ ਜਾਂਦਾ ਹੈ, ਧੰਦਿਆਂ ਦਾ ਜ਼ੋਰ ਵੀ ਪੈਂਦਾ ਹੈ, ਹਰੇਕ ਧੰਦਾ ਚੇਤੇ ਆ ਜਾਂਦਾ ਹੈ। ਪਰ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਸੂਰਜ ਚੜ੍ਹੇ ਤੋਂ ਪਹਿਲਾਂ ਉੱਠਦੇ ਹਾਂ, ਉਸ ਵੇਲੇ ਸ਼ੋਰ ਸ਼ਰਾਬਾ ਨਹੀਂ ਹੁੰਦਾ ਆਲੇ ਦੁਆਲੇ ਦੇ ਵਿੱਚ। ਤਾਂ ਹੀ ਤਾਂ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਸਚਿਆਰ ਹੋਣ ਦੀ ਜੁਗਤ ਦੱਸੀ ਨਾ, ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ। ਮਨੁੱਖ ਦੇ ਅੰਦਰੋਂ ਕੂੜ ਦੀ ਪਾਲ ਕਿਵੇਂ ਟੁੱਟ ਜਾਵੇ, ਮਨੁੱਖ ਸਚਿਆਰ ਕਿਵੇਂ ਬਣੇ, ਪ੍ਰਭੂ ਦੇ ਪ੍ਰਕਾਸ਼ ਹੋਣ ਦੀ ਯੋਗ ਥਾਂ ਸਚਿਆਰ ਦਾ ਮਤਲਬ ਹੈ, ਉਹ ਮਨੁੱਖ ਦਾ ਹਿਰਦਾ ਕਿਵੇਂ ਬਣੇ, ਕਿਸ ਤਰ੍ਹਾਂ ਉਹਦਾ ਪ੍ਰਕਾਸ਼ ਹਿਰਦੇ ਦੇ ਵਿੱਚ ਹੋ ਜਾਵੇ। ਅਤੇ ਮਹਾਰਾਜ ਨੇ ਆਖਿਆ ਉਹਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ, ਉਹਦੇ ਭਾਣੇ ਦੇ ਵਿੱਚ ਚੱਲਣ ਦੇ ਨਾਲ, ਉਹਦੇ ਭਾਉ ਦੇ ਵਿੱਚ ਚੱਲਣ ਦੇ ਨਾਲ ਇਹ ਸਾਰਾ ਕੁਛ ਹੋਣਾ ਹੈ। ਅਤੇ ਪਹਿਲੀਆਂ ਜਿਹੜੀਆਂ 3 ਪੌੜੀਆਂ ਨੇ ਨਾ ਜਪਜੀ ਸਾਹਿਬ ਜੀ ਦੀਆਂ, 3 ਪੌੜੀਆਂ, ਉਹਨਾਂ ਪੌੜੀਆਂ ਦੇ ਵਿੱਚ ਮਹਾਰਾਜ ਜੀ ਨੇ ਬਹੁਤ ਸੁੰਦਰ ਢੰਗ ਦੇ ਨਾਲ ਸਮਝਾਇਆ। ਜਿਹੜੀ ਸਭ ਤੋਂ ਪਹਿਲੀ ਜਪਜੀ ਸਾਹਿਬ ਜੀ ਦੀ ਪੌੜੀ ਹੈ, ਉਹਨੂੰ ਤੁਸੀਂ ਧਿਆਨ ਦਿਆ, ਜੇ ਤੁਸੀਂ ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ ਨਾ, ਜਿਹੜੇ ਨਹੀਂ ਪੜ੍ਹਦੇ ਉਹ ਪੜ੍ਹਿਆ ਕਰੋ, ਅਤੇ ਜਿਹੜੇ ਪੜ੍ਹਦੇ ਹੋ ਨਾ ਉਹ ਧਿਆਨ ਦਿਓ ਜ਼ਰਾ। ਪਹਿਲੀ ਪੌੜੀ ਦੇ ਵਿੱਚ ਸੋਚੈ ਸੋਚ ਨਾ ਹੋਵਈ, ਜੇ ਸੋਚੀ
ਲੱਖ ਵਾਰ। ਮਨੁੱਖ ਸਚਿਆਰ ਹੋਣ ਦੇ ਲਈ ਕੀ ਕਰਦਾ ਹੈ, ਕਿਹੜਾ ਸਾਧਨ ਅਪਣਾਉਂਦਾ ਹੈ? ਮੈਂ ਸੁੱਚਾ ਹੋ ਜਾਵਾਂ ਅਤੇ ਮੈਂ ਪ੍ਰਵਾਨ ਹੋ ਜਾਵਾਂਗਾ, ਸਚਿਆਰ ਹੋ ਜਾਵਾਂਗਾ, ਸੁੱਚਾ ਹੋ ਜਾਵਾਂ ਅਤੇ ਮੈਂ ਸਚਿਆਰ ਹੋ ਜਾਵਾਂਗਾ। ਠੀਕ ਹੈ, ਸੁੱਚੇ ਹੋਣ ਦੇ ਨਾਲ ਹੀ ਸਚਿਆਰ ਹੋ ਜਾਈਦਾ ਹੈ, ਪਰ ਸੁੱਚੇ ਹੋਣ ਦਾ ਸਾਧਨ ਕੀ ਅਪਣਾਉਂਦਾ ਹੈ? ਨਹਾਉਣ ਨੂੰ, ਇਸ਼ਨਾਨ ਨੂੰ। ਸੋਚ ਦਾ ਮਤਲਬ ਹੈ ਇਸ਼ਨਾਨ, ਕਿ ਨਹਾ ਕੇ ਮੈਂ ਸੁੱਚਾ ਹੋ ਜਾਵਾਂਗਾ, ਸਰੀਰ ਨੂੰ ਧੋ ਕੇ ਮੈਂ ਸੁੱਚਾ ਹੋ ਜਾਵਾਂਗਾ, ਸਰੀਰ ਦੀ ਮੈਲ ਲਾ ਕੇ ਮੈਂ ਸੁੱਚਾ ਹੋ ਜਾਵਾਂਗਾ। ਸਰੀਰ ਦੀ ਮੈਲ ਲਾਈਏ, ਮਨ ਦੀ ਮੈਲ ਨਹੀਂ ਲਾਈ, ਕਿਉਂਕਿ ਇਸ ਪੰਕਤੀ ਦੇ ਵਿੱਚ ਮਨ ਦੀ ਸੋਚ ਦੀ ਗੱਲ ਕੀਤੀ ਹੈ ਸਚਿਆਰ ਹੋਣ ਵਾਸਤੇ, ਤਨ ਦੀ ਨਹੀਂ। ਕਿੱਦਾਂ ਸਚਿਆਰ ਹੋਣਾ ਹੈ? ਉਹ ਮਨ ਕਰਕੇ ਹੋਣਾ ਹੈ, ਤਨ ਕਰਕੇ ਨਹੀਂ। ਤਨ ਨੂੰ ਧੋਣ ਦੇ ਨਾਲ ਜਿਹੜਾ ਹੈ ਉਹ ਤਨ ਸੁੱਚਾ ਹੋ ਜਾਵੇਗਾ, ਤਨ ਨੂੰ ਧੋਣ ਦੇ ਨਾਲ ਤਨ ਮੈਲ ਤੋਂ ਹੀਣਾ ਹੋ ਜਾਵੇਗਾ, ਮੈਲ ਰਹਿਤ ਹੋ ਜਾਵੇਗਾ, ਪਰ ਮਨ ਨਹੀਂ ਹੋਵੇਗਾ। ਫਿਰ ਦੂਜੀ ਪੰਕਤੀ, ਦੂਜਾ ਸਾਧਨ ਵਰਤਦਾ ਹੈ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭੁੱਖਿਆਂ ਦਾ ਮਤਲਬ ਹੈ ਭੁੱਖ ਜਿਹੜੀ ਹੈ, ਮਨੁੱਖ ਦੀ ਤ੍ਰਿਸ਼ਨਾ ਜਿਹੜੀ ਹੈ, ਜਿੰਨਾ ਮਰਜ਼ੀ ਖਾ ਲਵੇ, ਪੀ ਲਵੇ, ਦੁਨੀਆਂ ਦੇ ਪਦਾਰਥ ਇਕੱਠੇ ਕਰ ਲਵੇ, ਕੁਲੈਕਟ ਕਰ ਲਵੇ, ਬੈਂਕ ਬੈਲੈਂਸ ਜੋੜ ਲਵੇ, ਭੁੱਖ ਨਹੀਂ ਉਤਰਦੀ। ਇਹ ਤਨ ਦੀ ਨਹੀਂ ਹੈ, ਇਹ ਮਨ ਦੀ ਹੈ। ਪਹਿਲੀ ਪੰਕਤੀ ਦੇ ਵਿੱਚ ਮਨ ਦੀ ਸੋਚ, ਦੂਜੀ ਪੰਕਤੀ ਦੇ ਵਿੱਚ ਮਨ ਦੀ ਭੁੱਖ, ਅਤੇ ਤੀਜੀ ਪੰਕਤੀ ਦੇ ਵਿੱਚ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੂਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਸਿਆਣਪਾਂ ਕਿਹਦੀਆਂ? ਤਨ ਦੀਆਂ ਨਹੀਂ, ਮਨ ਦੀਆਂ। ਤੀਜੀ ਪੰਕਤੀ ਦੇ ਵਿੱਚ ਮਨ ਦੀਆਂ ਸਿਆਣਪਾਂ ਦੀ ਗੱਲ ਕੀਤੀ ਹੈ। ਜਿਹੜਾ ਬੰਦਾ ਅੰਦਰੋਂ ਜਿਹੜਾ ਹੈ ਉਹ ਓਵਰ ਕਲੈਵਰ ਬਣਦਾ ਹੈ, ਚਲਾਕ ਬਣਦਾ ਹੈ, ਅਤੇ ਚਲਾਕ ਬਣ ਕੇ ਆਪਣੇ ਜੀਵਨ ਨੂੰ ਸਚਿਆਰ, ਸੱਚਾ ਸੁੱਚਾ ਬਣ ਕੇ ਦੱਸਣਾ ਚਾਹੁੰਦਾ ਹੈ, ਚਲਾਕੀ ਦੇ ਨਾਲ, ਚਲਾਕੀ ਦੇ ਨਾਲ ਨਹੀਂ। ਨਾ ਮਨ ਦੀ, ਮਹਾਰਾਜ ਨੇ ਪਹਿਲੀ ਪੰਕਤੀ 'ਚ ਮਨ ਦੀ ਸੋਚ ਦੀ ਗੱਲ ਕੀਤੀ, ਦੂਜੀ ਪੰਕਤੀ ਦੇ ਵਿੱਚ ਮਨ ਦੀ ਭੁੱਖ ਦੀ ਗੱਲ ਕੀਤੀ, ਅਤੇ ਤੀਜੀ ਪੰਕਤੀ ਦੇ ਵਿੱਚ ਮਨ ਦੀ ਚਲਾਕੀ ਦੀ ਗੱਲ ਕੀਤੀ ਹੈ। ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਸਿਆਣਪਾਂ ਜਿੰਨੀਆਂ ਮਰਜ਼ੀ ਹੋਣ, ਫਿਰ ਮੈਂ ਬੇਨਤੀ ਕਰਦੇ ਹਾਂ, ਮਹਾਰਾਜ ਕਹਿੰਦੇ ਨੇ ਸੋਚੇ ਸੋਚ ਨਾ ਹੋਵਈ। ਤਨ ਨੂੰ ਸੁੱਚਾ ਕਰਨ ਦੇ ਨਾਲ ਤੂੰ ਸੁੱਚਾ ਨਹੀਂ ਹੋਣਾ। ਜਿੰਨੀਆਂ ਮਰਜ਼ੀ ਭੁੱਖਾਂ ਵਧਾ ਲੈ, ਵਧਾ ਲੈ, ਵੱਧ ਜਾਣਗੀਆਂ, ਵੱਧ ਜਾਣਗੀਆਂ। ਜਿਵੇਂ ਲੱਕੜੀ ਦੇ ਉੱਪਰ, ਅੱਗ ਦੇ ਉੱਪਰ ਲੱਕੜੀਆਂ ਪਾ ਕੇ ਕੋਈ ਆਖੇ ਮੈਂ ਅੱਗ ਨੂੰ ਬੁਝਾ ਦੇਵਾਂ, ਅੱਗ ਨਹੀਂ ਜੇ ਬੁਝਦੀ, ਹੋਰ ਵੱਧਦੀ ਹੈ ਲੱਕੜੀਆਂ ਪਾਉਣ ਦੇ ਨਾਲ। ਉਹ ਤਾਂ ਉਹਦੀ ਖੁਰਾਕ ਹੈ, ਉਹ ਤਾਂ ਉਹਦਾ ਇੰਧਨ ਹੈ। ਇਹ ਜਿਹੜਾ ਖੁਰਾਕ ਖਾਵੇਗਾ ਉਸ ਖੁਰਾਕ ਦੇ ਨਾਲ ਹੋਰ ਅੱਗ ਪ੍ਰਚੰਡ ਹੁੰਦੀ ਹੈ, ਲੱਕੜਾਂ ਪਾਉਣ ਦੇ ਨਾਲ, ਇੰਧਨ ਪਾਉਣ ਦੇ ਨਾਲ ਬੁੱਝਦੀ ਨਹੀਂ। ਜੇ ਪਾਣੀ ਪਾਇਆ ਬੁੱਝਦੀ ਹੈ, ਲੱਕੜੀਆਂ ਪਾਉਣ ਦੇ ਨਾਲ ਨਹੀਂ ਬੁੱਝਦੀ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੂਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਅਤੇ ਮਹਾਰਾਜ ਕਹਿੰਦੇ ਨੇ ਸਾਹਸ ਸਿਆਣਪਾਂ, ਹਜ਼ਾਰਾਂ ਲੱਖਾਂ ਵੀ ਸਿਆਣਪਾਂ ਬੰਦੇ ਦੀਆਂ ਹੋਣ, ਮਨ ਦੀਆਂ ਸਿਆਣਪਾਂ ਦੀ ਗੱਲ ਕੀਤੀ ਹੈ, ਇੱਕ ਨਾ ਚੱਲੇ ਨਾਲ, ਅਤੇ ਇੱਕ ਵੀ ਨਾਲ ਨਹੀਂ ਬੰਦੇ ਦੇ ਚੱਲਦੀ। ਫਿਰ ਕਿੱਦਾਂ ਸੁਚਿਆਰ ਹੋਈਏ, ਕਿਵ ਸੁਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਮੈਂ ਇੱਥੋਂ ਤੱਕ ਬੇਨਤੀ ਕਰਕੇ ਅੱਗੇ ਚੱਲਾਂ। ਅੱਗੇ ਮਹਾਰਾਜ ਨੇ ਦੱਸਿਆ ਹੈ ਹੁਕਮ ਦੇ ਵਿੱਚ ਚੱਲਣਾ। ਹੁਕਮ ਕੀ ਹੈ? ਹੁਕਮ ਦੀ ਵਿਚਾਰ ਮਹਾਰਾਜ ਜੀ ਨੇ ਦਿੱਤੀ, ਹੁਕਮ ਦੇ ਵਿੱਚ ਹੀ, ਜਿਹਨੂੰ ਭਾਉ ਕਿਹਾ ਹੈ ਪਰਮਾਤਮਾ ਦਾ, ਹੁਕਮ ਦੇ ਵਿੱਚ ਹੀ ਉਸਦੇ ਸਾਰਾ ਨਿਜ਼ਾਮ ਜਿਹੜਾ ਹੈ ਉਹ ਚਲਾਇਆ ਹੋਇਆ ਹੈ, ਉਹਦਾ ਨਿਯਮ ਹੈ, ਉਹਦਾ ਨਿਜ਼ਾਮ ਹੈ, ਉਹਦੇ ਵਿੱਚ ਹੀ ਸਾਰੀ ਸੰਸਾਰ ਦੀ ਖੇਡ ਜਿਹੜੀ ਹੈ ਉਹ ਰਚੀ ਹੋਈ ਹੈ ਮਾਲਕ ਨੇ। ਅਤੇ ਮਹਾਰਾਜ ਕਹਿੰਦੇ ਨੇ ਉਹਦੇ ਵਿੱਚ ਉਹ ਜੀਵਾਂ ਨੂੰ ਦਾਤਾਂ ਦਿੰਦਾ ਹੈ, ਜੀਵ ਲੈ ਕੇ ਥੱਕ ਜਾਂਦੇ ਨੇ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੇ ਖਾਹੇ, ਜੁਗਾਂ ਜੁਗੰਤਰਾਂ ਤੱਕ ਖਾਂਦੇ ਰਹਿੰਦੇ ਹਨ। ਫਿਰ ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ। ਫਿਰ ਆਖਦੇ ਨੇ, ਰੋਜ਼ ਮੰਗਦੇ ਨੇ ਵੀ ਸਾਨੂੰ ਦੇ, ਸਾਨੂੰ ਆਹ ਦੇ, ਸਾਨੂੰ ਆਹ ਦੇ। ਆਖੇ ਮੰਗੇ, ਆਖੇ ਦਾ ਮਤਲਬ ਆਖਦੇ ਨੇ, ਦੇਹ ਦਾ ਮਤਲਬ ਦਿਓ। ਆਖੇ ਮੰਗੇ ਦੇਹ ਦੇਹ, ਦਾਤ ਕਰੇ
दातार ते दाता जेड़ा है दाता करी जांदा है, जो जीव मंगदा है वो दे ही जांदा है, बिना मंगियां तो ही दे ही जांदा है। कदे ऑक्सीजन नहीं असी मंगी भी सानू ऑक्सीजन दिओ जी, कदे पानी नहीं मंगिया सानू पानी दिओ जी, सब कुछ वो बिना मंगिया ही सानू जेड़ा जो मुंडलियां मनुख दियां लोड़ां ने ना वो बिना मंगिया ही सानू दे रहा है। पर साड़ी फितरत है मंगण दी, महाराज कहिंदे ने दे ही जांदा है। फिर अगे चल करके साहब कहिंदे ने फिर के अगे रखिए जित दिसै दरबार, जदों ओदियां दातां उन्हें दित्तियां तन अन्न भोजन पदार्थ कपड़ा लत्ता बस्तर वस्तुआं आउण जाण दे साधन घर बार कोठियां कारां सब कुछ जदों उन्हें दित्ता ओदियां दातां, ते ओदियां दातां दे विच्चों महाराज कहिंदे ने फिर विश्राम देना, फिर के अगे रखिए ओदियां ही दातां उन्हें सानू दित्तियां, ते असी उन्हां दातां दे विच्चों केड़ी दात उन्हूं खुश करन वास्ते उहदे अगे रखिए, फिर के अगे रखिए केड़ी भेटा रखिए उहदे अगे, जित दिसे दरबार जिहदे नाल उहदे दरबार दे दर्शन होण, उहदे दरबार दी प्राप्ति होवे, उच्ची आत्मिक अवस्था दी प्राप्ति होए, फिर के अगे रखिए जित दिसे दरबार केड़ी भेटा रखिए, ਕਿਹੜੀ ਭੇਟਾ ਤੋਂ ਉਹ ਖੁਸ਼ ਹੁੰਦਾ ਹੈ ਪ੍ਰਸੰਨ ਹੁੰਦਾ ਹੈ। ਮੂੰਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ, ਮੂੰਹ ਕਿਹੜਾ ਬੋਲ ਬੋਲਿਆ ਜਾਵੇ ਜਿਹਨੂੰ ਸੁਣ ਕੇ ਉਹ ਸਾਨੂੰ ਪਿਆਰ ਕਰੇ, ਧਰੇ ਦਾ ਮਤਲਬ ਧਰਨਾ, ਜੋ ਸਾਡੇ 'ਤੇ ਪਿਆਰ ਕਰੇ ਪ੍ਰਸੰਨ ਹੋਵੇ, ਫਿਰ ਕੇ ਅੱਗੇ ਰੱਖੀਏ ਕੀ ਰੱਖੀਏ ਅੱਗੇ, ਕੋਈ ਹੈ ਚੀਜ਼ ਇਹੋ ਜਿਹੀ? ਪਹਿਲੀ ਗੱਲ ਤਾਂ ਉਹਦੀਆਂ ਦਾਤਾਂ ਦੇ ਵਿੱਚੋਂ ਜਿਹੜੀਆਂ ਦਾਤਾਂ ਨੇ ਉਹ ਹੀ ਉਹਦੇ ਅੱਗੇ ਰੱਖ ਦਈਏ, ਪਾਣੀ ਉਹਨੇ ਦਿੱਤਾ ਅਤੇ ਪਾਣੀ ਦਾ ਗੜਵਾ ਭਰ ਕੇ ਅਸੀਂ ਉਹਦੇ ਅੱਗੇ ਰੱਖ ਦਈਏ, ਲਓ ਜੀ ਆ ਜਲ ਤੁਹਾਨੂੰ ਭੇਟਾ। ਉਹਨੇ ਸਾਨੂੰ ਦੁੱਧ ਦਿੱਤਾ ਅਤੇ ਅਸੀਂ ਦੁੱਧ ਦਾ ਗੜਵਾ ਭਰ ਕੇ ਰੱਖ ਦਈਏ ਜਾਂ ਡੋਲ ਦਈਏ, ਬਹੁਤਾ ਕੁਝ ਇਹੀ ਕੁਝ ਹੀ ਹੁੰਦਾ ਹੈ ਨਾ। ਉਹਨੇ ਸਾਨੂੰ ਅੰਨ ਦਿੱਤਾ ਹੈ ਕੋਈ ਪਦਾਰਥ ਬਣਾ ਕੇ ਉਹਦੇ ਅੱਗੇ ਰੱਖ ਦਈਏ। ਵੈਸੇ ਤਾਂ ਮਹਾਰਾਜ ਨੇ ਸਾਫ਼ ਕਹਿ ਦਿੱਤਾ ਇਸ ਬ੍ਰਹਮ ਬੋਧ ਦੀ ਬਾਣੀ ਦੇ ਵਿੱਚ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਚਨ ਨੇ। ਉਹਨਾਂ ਨੇ ਜਦੋਂ ਸ਼ਰਨ ਲਈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਆ 18 ਸਾਲ ਕਰਤਾਰਪੁਰ ਦੀ ਧਰਤੀ ਦੇ ਉੱਪਰ ਰਹਿ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਕਾਲ ਕਮਾਈ ਕੀਤੀ, ਅਤੇ ਉੱਥੇ ਜਿਹੜਾ ਦੁਨੀਆਂ ਦੇ ਅੰਦਰ ਉਹਨਾਂ ਨੇ ਚੱਲ ਫਿਰ ਕੇ ਉਦਾਸੀਆਂ ਦੇ ਦੌਰਾਨ ਪ੍ਰਚਾਰ ਕੀਤਾ ਸੀ, ਉਹ ਸਾਰਾ ਆਪਣੇ ਕੰਨੀ ਸੇਵਾ ਕਰਦਿਆਂ ਹੋਇਆਂ ਸਰਵਣ ਕੀਤਾ, ਅਤੇ ਉਸ ਸੇਵਾ ਦੇ ਵਿੱਚੋਂ ਉਹਨਾਂ ਬਚਨਾਂ ਦੇ ਵਿੱਚੋਂ ਉਸ ਬਾਣੀ ਦੇ ਵਿੱਚੋਂ ਉਸ ਸ਼ਬਦ ਦੇ ਵਿੱਚੋਂ ਇਹ ਸਮਝ ਪਈ, ਮੈਂ ਅੱਜ ਤੱਕ ਵੇਦ ਵੀ ਸੁਣੇ, ਅੱਜ ਤੱਕ ਮੈਂ ਪੁਰਾਣ ਦੀਆਂ ਕਹਾਣੀਆਂ ਵੀ ਸੁਣੀਆਂ, ਵੇਦਾਂ ਦੀਆਂ ਕਥਾਵਾਂ ਵੀ ਸੁਣੀਆਂ, ਪੁਰਾਣਾਂ ਦੀਆਂ ਕਹਾਣੀਆਂ ਵੀ ਸੁਣੀਆਂ, ਪਰ ਆਹ ਜਿਹੜਾ ਸ਼ਬਦ ਸੁਣਿਆ ਹੈ ਇਹਦੇ ਵਿੱਚ ਕੋਈ ਕਹਾਣੀ ਨਹੀਂ, ਇਹਦੇ ਵਿੱਚ ਕੋਈ ਕਥਾ ਨਹੀਂ, ਮਾਫ਼ ਕਰਨਾ ਮੈਨੂੰ, ਜਪਜੀ ਸਾਹਿਬ ਦੇ ਵਿੱਚ ਕੋਈ ਕਹਾਣੀ ਨਹੀਂ, ਜੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕਹਾਣੀਆਂ ਨਹੀਂ ਹੈ, ਦੁਨਿਆਵੀ ਕਥਾਵਾਂ ਨਹੀਂ ਹੈ, ਉਹਨਾਂ ਨੇ ਇਸ ਕਰਕੇ ਲਿਖਿਆ ਕਥਾ ਕਹਾਣੀ ਬੇਦੀ ਆਣੀ, ਵੇਦਾਂ ਨੇ ਪੁਰਾਣਾਂ ਨੇ ਕਥਾ ਕਹਾਣੀਆਂ ਲੈ ਆਉਂਦੀਆਂ, ਪਾਪ ਪੁੰਨ ਵਿਚਾਰ ਉਹਦੇ ਵਿੱਚ ਪਾਪ ਪੁੰਨ ਦੀਆਂ ਵਿਚਾਰਾਂ ਜਿਹੜੀਆਂ ਸਨ ਲੋਕ ਪੜ੍ਹ ਪੜ੍ਹ ਕੇ ਸੁਣ ਸੁਣ ਕੇ ਉਹਨੂੰ ਆਪਣੇ ਅੰਦਰ ਜਿਹੜਾ ਸੀ ਉਹ ਧਾਰਨ ਕਰਨ ਲੱਗ ਪਏ। ਫਿਰ ਕਹਿਣ ਲੱਗੇ ਉਹਦਾ ਕਾਰਨ ਕੀ ਬਣਿਆ, ਕੁਝ ਦੇਣਾ ਅਤੇ ਕੁਝ ਲੈਣਾ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ, ਇਹ ਸੁਣਾ ਦਿੱਤਾ ਵੀ ਆਹ ਦਿੱਤਾ ਜਾਵੇ ਆਹ ਲਿਆ ਜਾਵੇ ਅਤੇ ਨਰਕ ਪ੍ਰਾਪਤ ਹੁੰਦਾ ਹੈ, ਆਹ ਦਾਨ ਕੀਤਾ ਜਾਵੇ ਅਤੇ ਸਵਰਗ ਪ੍ਰਾਪਤ ਹੁੰਦਾ ਹੈ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ, ਅਤੇ ਇਹ ਪਾਪ ਪੁੰਨ ਦੀਆਂ ਵਿਚਾਰਾਂ ਇਹ ਗੱਲਾਂ ਉਹਨਾਂ ਦੇ ਵਿੱਚ ਲਿਖੀਆਂ ਸਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਮੈਨੂੰ ਸਮਝ ਪਈ, ਅੰਮ੍ਰਿਤ ਬਾਣੀ ਤੱਤ ਵਖਾਣੀ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗਿਆਨ ਧਿਆਨ ਵਿੱਚ ਆਈ,
गुरमुख आखी गुरमुख जाति, गुरमुख आखी गुरमुख जाति, सुरती करम त्याई, सुरती करम त्याई, अमृत बाणी तत् वखाणी, अमृत बाणी तत् वखाणी, उत्तम मध्यम जाति जिनसी भरम भवे संसार। कहिंदे वेदां ते पुराणां ने किहदे विच पा दित्ता, आ उत्तम जाति वाला है, आ मध्यम जाति वाला है, आ नीवी जात वाला है, उत्तम मध्यम इन्हां जातां पातां दे भेदां दे विच पा दित्ता, भरमां दे विच पा दित्ता। कहिण लगे जदों गुरु नानक पातशाह ने मेरी झोली दे विच बाणी पाई, ये अमृत बाणी तत् वखाणी, ये ना कथा कहानियां दा पोथा है, ये तत् दा वख्यान है। तत् की है? निराकार परमात्मा, अकाल पुरख वाहिगुरु, केवल ब्रह्म। ये केवल ब्रह्म दी विचार है जपजी साहब, गुरु साहब जी दी बाणी, अमृत बाणी, आत्मिक अडोलता देण वाली बाणी, अमृत बाणी तत् वखाणी, ज्ञान ध्यान विच आई। जेड़ा गुरु दी शरण पिया, उन्हें इसनू आख्या, जपया, गुरमुख आखी गुरमुख जाति, ते गुरु दे राही ही उसने इसनू जान लिया। जाति दा मतलब समझ पा ली इस बाणी दी, कि इस बाणी दा कथा कहानियां दे नाल मतलब नहीं है, इस बाणी दा मतलब प्रैक्टिकल जीवन दे नाल है। आखो सतनाम श्री वाहिगुरु। बाणी दा मतलब, बाणी दा संबंध प्रैक्टिकली जीवन दे नाल, व्यवहारिक जीवन दे विच इहनू समझ के लैके आउणा है। कहिंदे फिर समझ पै गई। ये गुरु अंगद देव महाराज जी का श्लोक है, क्योंकि उन्होंने महाराज की शरण गुरु नानक साहब जी की जदों लई ते जो सिक्ख्या प्राप्त की, मुताले करके इस श्लोक दे विच लिखिया, उन्हों कंपेयर करके लिखिया। साहब सच्चे पातशाह जी की यह बाणी जिहड़ी है ना, मैं बेनती करा, फिर मैं अमृत वेले की गल कर रहा सी कि असी सानू ये दात दिती है सच्चे पातशाह जी ने। महाराज ने कहा केड़ी भेटा तो वह खुश हुंदा है, प्रसन्न हुंदा है, वह भेटा है अमृत वेला सच नाओ वड्याई विचार। मेरी बेनती नूं ध्यान दे नाल सुने, अजकल बहुत सारे बखरेवे ते कई गल्लां जिहड़ियां ने वह चल पईआं ने, कोई भी गल कीती जावे ते झटपट उहदे प्रतिकर्म जिहड़े ने वह गुरु दे सिद्धांत विचारधारा तो विपरीत आउणे शुरू हो जांदे ने। इस करके मैं ये बेनती कर रहा हाँ, अमृत वेले का साढ़े जीवन विच बड़ा महत्व है। महाराज कहिंदे ने अमृत वेला ही है वो भेटा जिहड़ी असी परमात्मा नूं दे सकते हाँ, उहदियां दित्तियां होईयां चीज़ां उहनूं की दे के आखांगे। जदों असी कहने आखे मंगे देह देह दात करे दातार, फिर उहदियां ही दातां दे विच्चों उहदे ही अगे रख के असी आखीए असी उहनूं खुश कर लवांगे, वो साढ़े दुध पदार्थां ते अन्न भोजन खीरां दे उपर प्रसन्न होण वाला नहीं है। हाँ, जे उन्हूं प्रसन्न करना है ते उहदे साजियां होयां दे मूँह दे विच पा दिओ, लोड़वंदां दे मूँह दे विच पा दिओ, अन्न पा दिओ, भोजन पा दिओ। जिस गरीब दे घर चाह बनाउण लई दुध नहीं है, उन्हूं दुध दे दिओ थैली, रोड़न दी थां ते पत्थर ते पाउण दी थां दे उपर, वह खुश हो जाएगा, प्रसन्न होवेगा। पर साहब कहिंदे ने जे तुसीं अग्गे उहदे रख दो एक कर्मकांड करके, ते ओह नहीं, उहने प्रसन्न होना है साडी अमृत वेले दी भेटा तो। अमृत वेले उठीए, कई बार सवाल पैदा हुंदा है जी जीवन अमृत वेला है, भई जीवन अमृत वेला है पर उदों बनता है जदों असी इस जीवन नूं किसी जुगत दे विच लैके आउने हाँ, किसी संजम दे विच लैके आउने हाँ। साडे समाज दे संजम ने, जुगतां ने, ग्रस्त जीवन दा सीमा है, दायरा है, बने ने नेम बने ने। आखे जी अमृत वेला ते जीवन नूं क्या है, मनुखा जीवन अमृत वेला है। मनुखा जीवन देश जिस संदर्भ दे विच सतगुरु ने गल कीती है, मनुखा जीवन अमृत वेला है, लेकिन ये अमृत वेला उदों बनेगा
ਜਦੋਂ ਅਸੀਂ ਕਿਸੇ ਹਿਸਾਬ ਦੇ ਵਿੱਚ ਆਪਣੇ ਜੀਵਨ ਨੂੰ ਟੋਰਾਂਗੇ, ਸਵੇਰੇ ਜਲਦੀ ਉੱਠਾਂਗੇ, ਉੱਠ ਕੇ ਇਸ਼ਨਾਨ ਕਰਾਂਗੇ, ਇਸ਼ਨਾਨ ਕਰਕੇ ਪਾਠ ਕਰਾਂਗੇ, ਨਿਤਨੇਮ ਕਰਾਂਗੇ, ਸਹਿਜ ਪਾਠ ਕਰਾਂਗੇ, ਬਾਣੀ ਪੜ੍ਹਾਂਗੇ, ਅਤੇ ਫਿਰ ਸਾਡਾ ਜੀਵਨ ਅੰਮ੍ਰਿਤ ਵੇਲਾ ਬਣ ਜਾਵੇਗਾ। ਓਨੇ ਚਿਰ ਨਹੀਂ, ਇਹ ਭੇਟਾ ਉਹਨੂੰ ਪ੍ਰਵਾਨ ਹੈ। ਮਿੱਠ ਬੋਲੜਾ ਸੁਭਾਓ ਜਿਹੜਾ ਹੈ ਉਹ ਉਹਨੂੰ ਪ੍ਰਵਾਨ ਹੈ, ਇਹ ਤੋਂ ਖੁਸ਼ ਹੁੰਦਾ ਹੈ। ਤੁਸੀਂ ਬੜੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਹੈ ਉਹਦੀ ਵਿਚਾਰ ਸਰਵਣ ਕਰ ਰਹੇ ਹੋ। ਮੈਂ ਬੇਨਤੀ ਕਰਾਂ, ਇਹ ਸਮਾਂ ਹੈ ਸਵੈ ਪੜਚੋਲ ਦਾ, ਔਰ ਗੁਰੂ ਸਾਹਿਬ ਜੀ ਦੀ ਬਾਣੀ ਦੀ ਸਿੱਖਿਆ ਜਿਹੜੀ ਹੈ ਉਹ ਸਾਡੇ ਹਿਰਦੇ ਵਿੱਚ ਕਿਣਕਾ ਮਾਤਰ ਪੈ ਜਾਵੇ, ਇੱਦਾਂ ਦਾ ਯਤਨ ਕਰਨਾ ਹੈ ਅਸੀਂ। ਇਹ ਜਿਹੜੀ ਪਾਤਸ਼ਾਹ ਜੀ ਦੀ ਬਾਣੀ ਸ਼ਬਦ ਆਪਾਂ ਕੱਲ੍ਹ ਵਿਚਾਰ ਰਹੇ ਸੀ, ਗੌੜੀ ਮਹਿਲਾ ਪਹਿਲਾ, ਡਰ ਘਰ ਘਰ ਡਰ, ਡਰ ਡਰ ਜਾਏ ਸੋ ਡਰ ਕਿਹਾ ਜਿੱਤ, ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀਂ ਜਾਏ, ਜੋ ਕਿਛ ਵਰਤੈ ਸਭ ਤੇਰੀ ਰਜ਼ਾਏ। ਮਹਾਰਾਜ ਕਹਿੰਦੇ ਨੇ ਡਰ ਘਰ, ਡਰ ਘਰ ਅਤੇ ਘਰ ਡਰ। ਜਿਹੜਾ ਮਨੁੱਖ ਪਰਮਾਤਮਾ ਦੇ ਡਰ ਨੂੰ, ਭਉ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ, ਅਤੇ ਜਿਹਦਾ ਰਿਧਾ ਰੂਪੀ ਘਰ ਜਿਹੜਾ ਹੈ ਪਰਮਾਤਮਾ ਦੇ ਭਉ ਦੇ ਵਿੱਚ ਆ ਜਾਂਦਾ ਹੈ, ਡਰ ਦੇ ਵਿੱਚ ਆ ਜਾਂਦਾ ਹੈ, ਅਤੇ ਅੱਗੇ ਸ਼ਬਦ ਹੈ ਡਰ ਡਰ ਜਾਏ। ਇਹ ਦੋ ਸ਼ਬਦ ਨੇ, ਡਰ ਡਰ ਇਕੱਠੇ ਹੀ ਨੇ। ਇੱਕ ਡਰ ਦੇ ਰਾਰੇ ਨੂੰ ਸਿਹਾਰੀ ਹੈ ਅਤੇ ਦੂਜੇ ਡਰ ਦੇ ਰਾਰੇ ਨੂੰ ਔਂਕੜ ਹੈ। ਇਹਦਾ ਮਤਲਬ ਪਤਾ ਕੀ ਹੋਇਆ, ਹੁਣ ਸ਼ਬਦ ਤਾਂ ਇੱਕੋ ਹੀ ਹੈ ਜੀ, ਲੇਕਿਨ ਸਵਰੂਪ ਜਿਹੜਾ ਹੈ ਉਹਦੇ ਵਿੱਚ ਇੱਕ ਤਾਂ ਸਿਹਾਰੀ ਲੱਗੀ ਹੈ, ਇੱਕ ਤਾਂ ਔਂਕੜ ਲੱਗਿਆ ਹੈ। ਇਹਦਾ ਅਰਥ ਇਹ ਬਣਦਾ ਹੈ, ਸਿਹਾਰੀ ਦਾ ਮਤਲਬ ਹੈ ਡਰ ਦੇ ਦੁਆਰਾ। ਕਿਹੜੇ ਡਰ ਦੇ ਦੁਆਰਾ? ਫਿਰ ਮਹਾਰਾਜ ਕਹਿੰਦੇ ਨੇ ਡਰ ਡਰ ਜਾਏ। ਪਹਿਲੇ ਡਰ ਦਾ ਮਤਲਬ ਹੈ ਡਰ ਦੇ ਦੁਆਰਾ, ਅਤੇ ਦੂਜੇ ਦਾ ਮਤਲਬ ਇੱਕ ਵਚਨ ਪੁਲਿੰਗ ਡਰ। ਡਰ ਦੇ ਦੁਆਰਾ ਡਰ ਚਲਿਆ ਜਾਂਦਾ ਹੈ, ਭੈ ਦੇ ਦੁਆਰਾ ਭੈ ਚਲਿਆ ਜਾਂਦਾ ਹੈ। ਕਿਹੜੇ ਭੈ ਦੇ ਨਾਲ ਕਿਹੜਾ ਭੈ ਚਲਿਆ ਜਾਂਦਾ ਹੈ, ਖਤਮ ਹੋ ਜਾਂਦਾ ਹੈ? ਪਰਮਾਤਮਾ ਦੇ ਭਉ ਦੇ ਨਾਲ ਦੁਨਿਆਵੀ ਭਉ ਚਲਿਆ ਜਾਂਦਾ ਹੈ, ਜਿਹੜਾ ਦੁਨੀਆਦਾਰਾਂ ਦਾ ਡਰ ਹੈ, ਜਿਹੜਾ ਸਹਿਮ ਹੈ, ਜਿਹੜੇ ਅਸੀਂ ਡਰੇ ਰਹਿੰਦੇ ਹਾਂ ਆਪਣੇ ਕਰਮਾਂ ਕਰਕੇ, ਕਿਉਂਕਿ ਮਨੁੱਖ ਡਰਦਾ ਉਦੋਂ ਹੀ ਹੈ, ਸੋ ਡਰੇ ਜੇ ਪਾਪ ਕਮਾਉਂਦਾ। ਜਦੋਂ ਬੰਦਾ ਪਾਪ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਫਿਰ ਅੰਦਰ ਡਰ ਪੈਦਾ ਹੋ ਜਾਂਦਾ ਹੈ। ਸਹਿਮ ਬਣਿਆ ਰਹਿੰਦਾ ਹੈ ਹਰ ਵੇਲੇ, ਰਿਸ਼ਵਤ ਲਈ ਹੈ, ਧੋਖਾ ਧੜੀ ਕੀਤੀ ਹੈ, ਡਰ ਬਣਿਆ ਰਹੇਗਾ, ਅਤੇ ਅੰਦਰੋਂ ਬੰਦਾ ਖੁਸ਼ ਨਹੀਂ ਹੋਵੇਗਾ। ਕਿਸੇ ਦਾ ਬੁਰਾ ਕੀਤਾ ਹੈ, ਕਿਸੇ ਨੂੰ ਬੁਰਾ ਬੋਲਿਆ ਹੈ, ਆਂਢੀਆਂ ਗਵਾਂਢੀਆਂ ਦਾ ਮਾੜਾ ਕੀਤਾ ਹੈ, ਡਰ ਬਣਿਆ ਰਹਿੰਦਾ ਹੈ। ਐਵੇਂ ਥੋੜ੍ਹਾ ਝਗੜੇ ਹੁੰਦੇ ਨੇ, ਇਹ ਡਰਾਂ ਕਲੇਸ਼ਾਂ ਦੇ ਨਾਲ ਹੀ ਤਾਂ ਅੱਗੇ ਵੱਧਦੇ ਨੇ। ਪਰ ਜਦੋਂ ਅਸੀਂ ਭਾਣੇ ਦੇ ਵਿੱਚ ਚੱਲਦੇ ਹਾਂ, ਰਜ਼ਾ ਦੇ ਵਿੱਚ ਚੱਲਦੇ ਹਾਂ, ਮਾਲਕ ਦੇ ਭਉ ਦੇ ਵਿੱਚ ਚੱਲਦੇ ਹਾਂ, ਫਿਰ ਸਾਨੂੰ ਕੋਈ ਡਰ ਨਹੀਂ ਰਹਿੰਦਾ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸਵਾਮੀ ਸਰਬ ਰਿਆ ਭਰਪੂਰੇ। ਫਿਰ ਤਾਂ ਸਾਰੀਆਂ ਥਾਵਾਂ 'ਤੇ ਉਹ ਸਵਾਮੀ ਭਰਪੂਰ ਜਿਹੜਾ ਹੈ ਨਜ਼ਰ ਆਉਂਦਾ ਹੈ। ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੜੇ ਪਿਆਰੇ ਬੋਲ ਨੇ ਡਰ ਦੇ ਬਾਰੇ, ਭਉ ਦੇ ਬਾਰੇ। ਕਹਿੰਦੇ ਨੇ ਭੈ ਪਏ ਐ ਮਨ ਨਿਰਮਲ ਹੋਵੇ, ਮਨ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ ਹੈ, ਭੈ ਪਾ ਕੇ ਅੰਦਰ ਭਉ ਪਾ ਲਈਏ ਅਤੇ ਅੰਦਰ ਨਿਰਮਲ ਹੋ ਗਿਆ। ਇੱਕ ਪੰਕਤੀ ਹੈ ਮਹਾਰਾਜ ਜੀ ਦੀ, ਉਹ ਕਹਿੰਦੇ ਨੇ ਸੱਚੇ ਪਾਤਸ਼ਾਹ ਕਿ ਜਦੋਂ ਅੰਦਰ ਭੈ ਪ੍ਰਾਪਤ ਹੋ ਗਿਆ, ਭੈ ਪਏ ਐ ਮੈਲ ਕੱਟੀਏ, ਉੱਥੇ ਉਹਨਾਂ ਨੇ ਮੈਲ ਦੀ ਗੱਲ ਕੀਤੀ ਹੈ। ਕਿਉਂਕਿ ਜਿਹੜਾ ਸਹਿਮ ਹੈ ਨਾ, ਡਰ ਜਿਹੜਾ ਹੈ, ਇਹਦੇ ਨਾਲ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਮਨ ਮੈਲਾ ਹੋਇਆ, ਸਹਿਸੇ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਸਹਿਸੇ ਦਾ ਮਤਲਬ ਸਹਿਮ, ਡਰ, ਡਰ ਦੇ ਨਾਲ ਮਨ ਮਲੀਨ ਹੋਇਆ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਗੋਂ ਬਚਨ ਕੀਤੇ, ਕਹਿਣ ਲੱਗੇ ਭੈ ਪਏ ਮਲ ਕੱਟੀਏ ਨਿਰਮਲ ਹੋਏ ਸਰੀਰ। ਪਰਮਾਤਮਾ ਦਾ ਭੈ ਅੰਦਰ ਪੈ ਗਿਆ, ਡਰ ਅੰਦਰ ਵਸ ਗਿਆ, ਮੈਲ ਕੱਟੀ ਗਈ ਅੰਦਰੋਂ। ਭੈ ਪਏ ਮਲ ਕੱਟੀਏ ਨਿਰਮਲ ਹੋਏ ਸਰੀਰ, ਸਰੀਰ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਅਤੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਭੈ ਦੇ ਨਾਲ ਹੀ ਫਿਰ ਹਰ ਜਪ ਗੁਣੀ
ਗਹੀਰ ਮਨੁੱਖ ਦਿਨ ਰਾਤ ਉਹਦੀ ਮੱਤ ਜਿਹੜੀ ਹੈ ਉੱਤਮ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਭੈ ਪਏ ਹੈ ਮੱਤ ਉੱਤਮ ਹੋਵੇ ਹਰ ਜਪ ਗੁਣੀ ਗਹੀਰ। ਰੱਬ ਦਾ ਭੈ ਅੰਦਰ ਪੈ ਗਿਆ, ਮੱਤ ਉੱਚੀ ਹੋ ਗਈ, ਪਵਿੱਤਰ ਹੋ ਗਈ। ਰੱਬੀ ਭਉ ਮੱਤ ਨੂੰ ਉੱਚਾ ਕਰਦਾ ਹੈ, ਦੁਨਿਆਵੀ ਭਉ ਮੱਤ ਨੂੰ ਨੀਵਾਂ ਕਰਦਾ ਹੈ, ਮੱਤ ਨੂੰ ਨੀਵਾਂ ਕਰਦਾ ਹੈ। ਮਨੁੱਖ ਦੀ ਮੱਤ ਨਹੀਂ ਨੀਵੀਂ ਹੋਣੀ ਚਾਹੀਦੀ, ਮਨੁੱਖ ਦੀ ਮੱਤ। ਅਰਦਾਸ ਕਰਦੇ ਹਾਂ ਨਾ ਸਿੱਖਾਂ ਦਾ, ਮਨ ਨੀਵਾਂ, ਮਨ ਨੀਵਾਂ ਹੋਣਾ ਚਾਹੀਦਾ ਹੈ ਪਿਆਰਿਓ, ਮਨ ਨੀਵਾਂ। ਸਿੱਖ ਦਾ ਮਨ ਨੀਵਾਂ ਹੋਵੇ, ਮੱਤ ਉੱਚੀ ਹੋਵੇ। ਮੱਤ ਉੱਚੀ ਉਦੋਂ ਹੋਏਗੀ, ਭੈ ਪਏ ਮੱਤ ਉੱਤਮ ਹੋਵੇ, ਭੈ ਪਾ ਕੇ ਰੱਬ ਦਾ ਭੈ ਇਸ ਮੱਤ ਦੇ ਵਿੱਚ ਪੈ ਗਿਆ, ਇਹ ਉੱਚੀ ਹੋ ਗਈ, ਉੱਤਮ ਹੋ ਗਈ, ਸੋਹਣੀ ਵਿਚਾਰ ਵਾਲੀ ਬਣ ਗਈ। ਇਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਨੇ ਪਵਿੱਤਰ ਹੋ ਗਿਆ। ਹਰ ਜਪ ਗੁਣੀ ਗਹੀਰ, ਭੈ ਵਿੱਚ ਬੈਸੇ ਭੈ ਰਹੇ, ਭੈ ਵਿੱਚ ਕਮਾਵੇ ਕਾਰ, ਫਿਰ ਉਹ ਭੈ ਵਿੱਚ ਹੀ ਰਹਿੰਦਾ ਹੈ, ਰੱਬੀ ਭਾਉ ਦੇ ਵਿੱਚ ਹੀ ਸਾਰੀ ਕਾਰ ਕਮਾਉਂਦਾ ਹੈ। ਆਪਣੀ ਜ਼ਿੰਦਗੀ ਦਾ ਹਰੇਕ ਕਰਮ ਜਿਹੜਾ ਹੈ ਉਹ ਪਰਮਾਤਮਾ ਦੇ ਡਰ ਦੇ ਵਿੱਚ, ਭੈ ਦੇ ਵਿੱਚ ਰਹਿ ਕਰਕੇ। ਉਹ ਕਹਿੰਦਾ ਨਹੀਂ, ਰੱਬ ਵੇਖ ਰਿਹਾ ਮੈਨੂੰ, ਮੈਂ ਕੋਈ ਐਸਾ ਕੰਮ ਨਾ ਕਰਾਂ, ਮੈਂ ਕਿਸੇ ਗਰੀਬ ਨੂੰ ਦੁੱਖ ਨਾ ਦੇਵਾਂ, ਕਿਸੇ ਗਰੀਬ ਦੇ ਨਾਲ ਧੱਕਾ ਨਾ ਕਰਾਂ, ਜ਼ੁਲਮ ਨਾ ਕਰਾਂ, ਕਿਸੇ ਦਾ ਹੱਕ ਨਾ ਖੋਵਾਂ, ਕਿਸੇ ਦੀ ਗਰੀਬ ਦੀ ਰੋਟੀ 'ਤੇ ਲੱਤ ਨਾ ਮਾਰਾਂ ਮੈਂ, ਭੈ ਰਹਿੰਦਾ ਹੈ। ਇਹ ਉਹ ਬੰਦੇ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਭੈ ਵਸਾ ਲਿਆ, ਰੱਬ ਦਾ ਭੈ ਵਸਾ ਲਿਆ, ਜਿਨ੍ਹਾਂ ਨੇ ਰੱਬ ਦਾ ਭੈ, ਪਰਮਾਤਮਾ ਦਾ ਭੈ ਵਿਸਾਰ ਦਿੱਤਾ। ਉਹ ਕਹਿੰਦੇ ਨੇ ਮੈਂ ਇਹਨੂੰ ਫਨਾਹ ਕਰ ਦਿਆਂਗਾ, ਮੈਂ ਇਹਦਾ ਨਾਸ਼ ਕਰ ਦਿਆਂਗਾ, ਵੇਖੋ ਮੈਂ ਇਹਨੂੰ ਕਿੱਦਾਂ ਮਜ਼ਾ ਚੁਕਾਉਂਦਾ। ਬੰਦੇ ਕਹਿੰਦੇ ਨੇ ਨਾ ਭੈ ਨਹੀਂ ਅੰਦਰ, ਜੇ ਭੈ ਹੋਵੇ ਤਾਂ ਕਦੇ ਹਉਮੇ ਕਹੇ ਨਾ ਕੋਈ, ਹਉਮੇ ਦੀਆਂ ਹੰਕਾਰ ਦੀਆਂ ਗੱਲਾਂ ਨਾ ਕਰੇ। ਬਾਬਾ ਫਰੀਦ ਜੀ ਨੇ ਕਿਹਾ, ਕਹਿੰਦੇ ਫਰੀਦਾ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਰੱਤ ਨਾ ਹੋਏ। ਕਹਿੰਦੇ ਨੇ ਤਨ ਨੂੰ ਚੀਰੀਏ ਅਤੇ ਵਿੱਚੋਂ ਖੂਨ ਨਹੀਂ ਨਿਕਲਦਾ, ਰੱਤੀ ਰੱਤ ਨਾ ਨਿਕਲੇ ਦੇ ਤਨ ਚੀਰੇ ਕੋਏ। ਜਿਹੜੇ ਰੱਬ ਦੇ ਨਾਲ ਰੱਤੇ ਗਏ ਨਾ ਸਰੀਰ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਰੱਤ ਨਾ ਹੋਏ, ਉਹਨਾਂ ਵਿੱਚ ਖੂਨ ਨਹੀਂ ਹੁੰਦਾ, ਉਹਨਾਂ ਵਿੱਚ ਖੂਨ ਨਹੀਂ ਹੁੰਦਾ। ਬੜੀ ਗਹਿਰੀ ਗੱਲ ਕਹਿ ਦਿੱਤੀ, ਬਹੁਤ ਗਹਿਰੀ ਗੱਲ, ਬੜੀ ਡੂੰਘੀ ਗੱਲ ਕਹਿ ਦਿੱਤੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਗੱਲ ਖੋਲ੍ਹ ਕੇ ਫਿਰ ਸਾਡੇ ਅੱਗੇ ਰੱਖ ਦਿੱਤੀ। ਕਿਉਂਕਿ ਅਸੀਂ ਦੁਨਿਆਵੀ ਜੀਵ ਹਾਂ ਨਾ, ਇੰਨੀਆਂ ਗਹਿਰੀਆਂ ਗੱਲਾਂ ਸਾਡੀ ਸਮਝ ਵਿੱਚ ਨਹੀਂ ਪੈਂਦੀਆਂ, ਇੰਨੀਆਂ ਡੂੰਘਾ ਗਿਆਨ, ਇੰਨੀਆਂ ਡੂੰਘੀਆਂ ਗੱਲਾਂ ਜਿਹੜੀਆਂ ਸਾਡੇ ਸਿਰ ਉੱਤੋਂ ਦੀ ਨਿਕਲ ਜਾਂਦੀਆਂ ਨੇ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਬਾਬਾ ਫਰੀਦ ਜੀ, ਤੁਸੀਂ ਜਿਹੜੀ ਗੱਲ ਕਹਿੰਦੇ ਹੋ ਇਹਨਾਂ ਦੁਨਿਆਵੀ ਜੀਵਾਂ ਦੀ, ਥੋੜ੍ਹੀ ਕੀਤੀਆਂ ਸਹਿਜੇ ਸਮਝ ਵਿੱਚ ਪੈਣ ਵਾਲੀ ਨਹੀਂ ਹੈ, ਅਤੇ ਤੁਹਾਡੀ ਗੱਲ ਨੂੰ ਮੈਂ ਬੇਨਤੀ ਕਰਦਾ ਹਾਂ, ਮੈਂ ਆਖਦਾ ਹਾਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿਹੜਾ ਖੂਨ ਨਹੀਂ ਨਿਕਲਦਾ, ਕਿਹੜਾ ਖੂਨ ਨਹੀਂ ਨਿਕਲਦਾ। ਭੈ ਪਏ ਤਨ ਖੀਣ ਹੋਏ, ਰੱਬ ਦਾ ਭੈ ਅੰਦਰ ਪੈ ਜਾਵੇ ਮਨੁੱਖ ਦੇ ਅੰਦਰ, ਮਨੁੱਖ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਡਰ ਪੈ ਜਾਵੇ। ਭੈ ਪਏ ਤਨ ਖੀਣ ਹੋਏ, ਅਤੇ ਤਨ ਫਿਰ ਜਿਹੜਾ ਹੈ ਖੀਣ ਹੁੰਦਾ ਹੈ, ਲੋਭ ਰੱਤ ਵਿੱਚੋਂ ਜਾਏ, ਜਿਹੜੇ ਖੂਨ ਦੀ ਬਾਬਾ ਫਰੀਦ ਜੀ ਨੇ ਗੱਲ ਕੀਤੀ, ਗੁਰੂ ਅਮਰਦਾਸ ਜੀ ਨੇ ਖੋਲ੍ਹ ਕੇ ਗੱਲ ਰੱਖੀ ਕਿ ਉਹ ਕਿਹੜਾ ਖੂਨ ਹੈ ਜਿਹੜਾ ਨਹੀਂ ਨਿਕਲਦਾ। ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਤਨ ਅਤੇ ਰੱਤ ਤੋਂ ਬਿਨਾਂ ਹੈ ਹੀ ਨਹੀਂ, ਖੂਨ ਤੋਂ ਬਿਨਾਂ ਹੈ ਹੀ ਨਹੀਂ। ਅਤੇ ਬਾਬਾ ਜੀ ਕਹਿੰਦੇ ਨੇ ਤਿੰਨ ਤਨ ਰੱਤ ਨਾ ਹੋਏ, ਉਹਨਾਂ ਦੇ ਵਿੱਚ ਖੂਨ ਨਹੀਂ ਹੁੰਦਾ, ਅਤੇ ਜੇ ਖੂਨ ਨਹੀਂ ਹੁੰਦਾ ਤਾਂ ਫਿਰ ਸਰੀਰ ਕਿਵੇਂ ਹੁੰਦਾ ਹੈ। ਕਹਿੰਦੇ ਨਹੀਂ, ਲੋਭ ਰੱਤ ਨਹੀਂ ਹੁੰਦਾ, ਖੂਨ ਲੋਭ ਵਾਲਾ ਖੂਨ ਨਹੀਂ ਹੁੰਦਾ, ਰਿਸ਼ਵਤਖੋਰੀ ਵਾਲਾ ਖੂਨ ਨਹੀਂ ਹੁੰਦਾ, ਹੱਕ ਮਾਰਨ ਵਾਲਾ ਖੂਨ ਨਹੀਂ ਹੁੰਦਾ, ਧੱਕੇ ਕਰਨ ਵਾਲਾ ਖੂਨ ਨਹੀਂ ਹੁੰਦਾ। ਭੈ ਪਏ ਹੈ ਤਨ ਖੀਣ ਹੋਏ, ਜਦੋਂ ਰੱਬ ਦਾ ਭੈ ਅੰਦਰ ਪੈ ਗਿਆ, ਲੋਭ ਰੱਤ ਵਿੱਚੋਂ ਜਾਏ, ਮਨੁੱਖ ਦੇ ਅੰਦਰੋਂ ਲੋਭੀ ਖੂਨ ਚਲਿਆ ਜਾਂਦਾ ਹੈ, ਫਿਲਟਰ ਹੋ ਜਾਂਦਾ ਹੈ, ਖੂਨ ਫਿਲਟਰ ਹੋ ਗਿਆ, ਲੋਭ ਵਾਲੇ ਕਣ ਨਿਕਲ ਗਏ ਵਿੱਚੋਂ। ਭੈ ਪਏ ਹੈ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ, ਜੋ ਰੱਤੇ ਸ਼ੈ ਆਪਣੇ, ਜਿਹੜੇ ਆਪਣੇ ਮਾਲਕ ਦੇ ਨਾਲ ਰੱਤੇ ਰਹਿੰਦੇ ਹਨ ਉਹਨਾਂ ਦੇ ਵਿੱਚ ਨਹੀਂ ਹੁੰਦਾ। ਫਿਰ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਸਾਹਿਬ ਜੀ ਨੇ,
ਰੱਬੀ ਭਾਉ ਜਿਹੜਾ ਹੈ ਕਿਸ ਤਰ੍ਹਾਂ ਮਨੁੱਖ ਨੂੰ, ਮਨੁੱਖ ਦੀ ਬਿਰਤੀ ਨੂੰ ਬਦਲਦਾ ਹੈ, ਕਿੱਦਾਂ ਬੰਦੇ ਦੇ ਹਿਰਦੇ ਨੂੰ ਜਿਹੜਾ ਹੈ ਬਦਲਦਾ ਹੈ, ਕਿੱਦਾਂ ਅੰਦਰੋਂ ਲੋਭ ਅਤੇ ਵਿਸ਼ਿਆਂ ਵਿਕਾਰਾਂ ਨੂੰ ਜਿਹੜਾ ਹੈ ਕੱਢਦਾ ਹੈ, ਪਰਮਾਤਮਾ ਦਾ ਭੈ, ਦੁਨੀਆ ਦਾ ਭੈ, ਸਾਰੀਆਂ ਅਲਾਮਤਾਂ ਮਨੁੱਖ ਦੇ ਅੰਦਰ ਪਾ ਦਿੰਦਾ ਹੈ। ਪਰ ਜੇ ਮਨੁੱਖ ਦੇ ਅੰਦਰ ਰੱਬੀ ਭੈ ਪੈ ਜਾਵੇ, ਪਰਮਾਤਮਾ ਦਾ ਡਰ ਅੰਦਰ ਆ ਵਸੇ, ਅਤੇ ਕਹਿੰਦੇ ਨੇ ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਅੱਗ ਦੇ ਵਿੱਚ ਧਾਤ ਨੂੰ ਪਾ ਦਿਓ, ਸੋਨੇ ਨੂੰ ਪਾ ਦਈਏ ਤਾਂ ਕੀ ਹੁੰਦਾ ਹੈ ਜੀ? ਅੱਗ ਦੇ ਵਿੱਚ ਸੋਨੇ ਨੂੰ ਪਾ ਦਈਏ, ਧਾਤ ਨੂੰ ਪਾ ਦਈਏ ਤਾਂ ਕੀ ਹੁੰਦਾ ਹੈ? ਸੋਨਾ ਸੜਦਾ ਨਹੀਂ ਜੇ, ਸੋਨਾ ਸੜਦਾ ਨਹੀਂ, ਕੀ ਸੜਦਾ ਹੈ? ਉਹਦੇ ਵਿੱਚ ਜਿਹੜੀ ਮਿਲਾਵਟ ਹੁੰਦੀ ਹੈ ਉਹ ਸੜ ਜਾਂਦੀ ਹੈ। ਆਖੋ ਸਤਨਾਮ, ਜੋ ਮਿਲਿਆ ਸੀ ਉਹਦੇ ਵਿੱਚ ਤਾਂਬਾ ਜਾਂ ਹੋਰ ਜੋ ਕੁਝ ਮਿਲਾਵਟ ਸੀ, ਕੱਚੀ ਜਿਹੜੀ ਸੀ ਮਿਲਾਵਟ ਪਈ ਹੋਈ ਸੀ, ਉਹ ਸੜ ਗਈ, ਅੱਗ ਨੇ ਜਲਾ ਦਿੱਤੀ। ਮੈਲ ਜਿਹੜੀ ਸੀ ਸੋਨੇ ਦੇ ਵਿੱਚ, ਜਿਹੜੀ ਮੈਲ ਪਾ ਦਿੱਤੀ ਸੀ ਲੋਭ ਕਰਕੇ ਸੁਨਿਆਰੇ ਨੇ, ਪੈਸਿਆਂ ਦੀ ਖਾਤਰ, ਵੇਟ ਵਧਾਉਣ ਵਾਸਤੇ, ਵੇਟ ਕਰਕੇ ਵਧਾ ਕਰਕੇ, ਜਿਹਦੇ ਨਾਲ ਪੈਸੇ ਇੱਠਣੇ ਸਨ, ਜਦੋਂ ਅਗਲੇ ਨੇ ਕੁਠਾਰੀ ਦੇ ਵਿੱਚ ਪਾਇਆ, ਅੱਗ ਦੇ ਵਿੱਚ ਪਾਇਆ ਉਸ ਸੋਨੇ ਨੂੰ, ਅੱਗ ਨੇ ਉਸ ਸੋਨੇ ਦੀ ਮੈਲ ਨੂੰ ਕੱਢ ਦਿੱਤਾ, ਨਿਰਾ ਸੋਨਾ ਹੀ ਰਹਿ ਗਿਆ, ਨਿਰਾ ਹੀ ਸੋਨਾ ਰਹਿ ਗਿਆ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਜਿਸ ਤਰ੍ਹਾਂ ਅੱਗ ਜਿਹੜੀ ਹੈ, ਬੈਸੰਤਰ ਜਿਹੜੀ ਹੈ, ਧਾਤ ਨੂੰ ਸ਼ੁੱਧ ਕਰ ਦਿੰਦੀ ਹੈ, ਮੈਲ ਨੂੰ ਕੱਟ ਦਿੰਦੀ ਹੈ, ਇਸੇ ਤਰ੍ਹਾਂ ਰੱਬ ਦਾ ਭਾਉ, ਪਰਮਾਤਮਾ ਦਾ ਨਿਰਮਲ ਡਰ ਜਿਹੜਾ ਹੈ, ਉਹ ਮਨੁੱਖ ਦੇ ਵਿਸ਼ਿਆਂ ਵਿਕਾਰਾਂ ਨੂੰ, ਭੈੜੀ ਮਤ ਨੂੰ ਧੋ ਕੇ ਅੰਦਰੋਂ ਕੱਢ ਦਿੰਦਾ ਹੈ। ਇਹ ਭਾਉ ਜ਼ਰੂਰੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਡਰ ਘਰ ਘਰ ਡਰ, ਡਰ ਡਰ ਜਾਏ, ਰੱਬੀ ਭੈ ਪੈ ਗਿਆ ਅਤੇ ਡਰ ਜਾਏ, ਦੁਨੀਆਂ ਦੇ ਡਰ ਚਲੇ ਗਏ, ਫਿਰ ਨਹੀਂ ਬੰਦੇ ਨੂੰ ਡਰ ਰਹਿੰਦਾ ਕੋਈ। ਸੋ ਡਰ ਕਿਹਾ ਜਿੱਤ ਡਰ ਡਰ ਪਾਏ, ਉਹ ਰੱਬੀ ਡਰ ਹੀ ਕਿਹੋ ਜਿਹਾ? ਸੋ ਡਰ ਕਿਹਾ, ਮਹਾਰਾਜ ਕਹਿੰਦੇ ਨੇ ਉਹ ਡਰ ਹੀ ਕਿਹਾ ਕਿਹੋ ਜਿਹਾ? ਉਹ ਕੈਸਾ ਡਰ ਜਿਹਦੇ ਨਾਲ ਮਨੁੱਖੀ ਦੁਨਿਆਵੀ ਸਹਿਮ ਨਾ ਜਾਵੇ, ਉਹ ਡਰ ਨਹੀਂ ਹੁੰਦਾ। ਰੱਬ ਦਾ ਉਹ ਭਾਉ ਹੈ, ਉਹ ਡਰ ਹੈ ਜਿਹੜਾ ਸਾਰੇ ਡਰਾਂ ਨੂੰ ਸਮਾਪਤ ਕਰ ਦਿੰਦਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਾਉ ਸਭ ਗਵਾਸੀ, ਸਭ ਡਰ ਉਹਨਾਂ ਦੇ ਖਤਮ ਕਰ ਦਿੱਤੇ। ਸਾਹਿਬ ਕਹਿੰਦੇ ਨੇ, ਤੁਧ ਬਿਨ ਦੂਜੀ ਨਾਹੀਂ ਜਾਏ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ, ਤੇਰੇ ਭਾਉ ਤੋਂ ਬਿਨਾਂ, ਤੇਰੇ ਡਰ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ ਹੈ ਦੁਨਿਆਵੀ ਡਰਾਂ ਨੂੰ ਮੁਕਾਉਣ ਦਾ, ਦੁਨਿਆਵੀ ਸਹਿਮਾਂ ਨੂੰ ਮੁਕਾਉਣ ਦਾ। ਜੋ ਕਿਛ ਵਰਤੇ ਸਭ ਤੇਰੀ ਰਜ਼ਾਏ, ਜੋ ਕੁਝ ਵੀ ਸੰਸਾਰ ਦੇ ਵਿੱਚ ਵਰਤਦਾ ਹੈ ਉਹ ਤੇਰੀ ਰਜ਼ਾ ਹੈ, ਤੇਰਾ ਭਾਣਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਤੇਰੀ ਰਜ਼ਾ ਹੈ, ਤੇਰਾ ਭਾਣਾ ਹੈ। ਸਾਹਿਬ ਕਹਿੰਦੇ ਨੇ, ਨਾ ਜੀਓ ਮਰੈ ਨਾ ਡੁੱਬੈ ਤਰੈ। ਆਪਣੀ ਮਰਜ਼ੀ ਦੇ ਨਾਲ ਨਾ ਬੰਦਾ ਜਿਉਂਦਾ ਹੈ ਅਤੇ ਨਾ ਹੀ ਮਰਦਾ ਹੈ, ਨਾ ਡੁੱਬੈ ਤਰੇ, ਨਾ ਡੁੱਬਦਾ ਅਤੇ ਨਾ ਤਰਦਾ ਹੈ। ਬੰਦੇ ਦੀ ਮਰਜ਼ੀ ਨਹੀਂ ਹੈ, ਕਰਤੇ ਪੁਰਖ ਦੀ, ਜਿਹਨੇ ਨਿਜ਼ਾਮ ਬਣਾਇਆ ਹੈ, ਜਿਹਨੇ ਸੰਸਾਰ ਦਾ ਨਿਜ਼ਮ ਬਣਾ ਦਿੱਤਾ ਹੈ, ਨੇਮ ਬਣਾ ਦਿੱਤਾ ਹੈ, ਹੁਕਮ ਦਾ ਨੇਮ ਜਿਹੜਾ ਹੈ, ਉਹਦੇ ਹੁਕਮ ਦੇ ਨੇਮ ਦੇ ਵਿੱਚ ਇਹ ਜੋ ਕੁਛ ਵਰਤਦਾ ਹੈ। ਜਿਨ ਕਿਛ ਕੀਆ ਸੋ ਕਿਛ ਕਰੇ। ਜਿਨ ਕਿਛ ਕੀਆ ਦਾ ਮਤਲਬ ਜਿਸ ਪਰਮਾਤਮਾ, ਜਿਨ ਦੇ ਨੰਨੇ ਨੂੰ ਸਿਹਾਰੀ ਹੈ, ਜਿਸ ਪਰਮਾਤਮਾ ਨੇ ਇਹ ਸੰਸਾਰ ਪੈਦਾ ਕੀਤਾ ਹੈ, ਰਚਿਆ ਹੈ। ਕਹਿੰਦੇ ਮਹਾਰਾਜ, ਸੋ ਕਿਛ ਕਰੇ ਉਹੀ ਉਹ ਸਭ ਕੁਛ ਕਰਦਾ ਹੈ। ਹੁਕਮੈ ਆਵੈ ਹੁਕਮੈ ਜਾਏ, ਉਹਦੀ ਰਜ਼ਾ ਹੁਕਮ ਦੇ ਵਿੱਚ ਹੀ ਜੀਵ ਆਉਂਦਾ ਹੈ ਅਤੇ ਉਹਦਾ ਹੁਕਮ ਹੁੰਦਾ ਹੈ ਅਤੇ ਸੰਸਾਰ ਤੋਂ ਚਲਿਆ ਜਾਂਦਾ ਹੈ। ਆਗੇ ਪਾਛੇ ਹੁਕਮ ਸਮਾਏ, ਅੱਗੇ ਪਿੱਛੇ ਜਿਹੜਾ ਹੈ ਉਹ ਹੁਕਮ ਹੀ ਉਸ ਮਾਲਕ ਦਾ ਜਿਹੜਾ ਹੈ ਵਰਤਦਾ ਹੈ। ਜੀਵਨ ਦੇ ਵਿੱਚ ਸਭ ਕੁਛ ਉਹਦੀ ਹੁਕਮ ਦੇ ਵਿੱਚ, ਉਹਦੀ ਰਜ਼ਾ ਵਿੱਚ ਚੱਲਦਾ ਹੈ। ਹੰਸ ਹੇਤ ਆਸਾ ਅਸਮਾਨ। ਹੰਸ ਦਾ ਮਤਲਬ ਹੈ ਹਿੰਸਾ, ਹੇਤ ਦਾ ਮਤਲਬ ਹੈ ਮੋਹ, ਦੁਨਿਆਵੀ ਮੋਹ, ਆਸਾ ਦਾ ਮਤਲਬ ਹੈ ਖੁਆਹਿਸ਼ ਅਤੇ ਅਸਮਾਨ ਦਾ ਮਤਲਬ ਹੈ ਹੰਕਾਰ। ਹਿੰਸਾ, ਨਿਰਦੈਤਾ, ਮੋਹ, ਖੁਆਹਿਸ਼ਾਂ ਅਤੇ ਅਸਮਾਨ, ਹੰਕਾਰ ਜਿਹੜਾ ਹੈ,
ਤਿਸ ਵਿੱਚ ਭੂਖ ਬਹੁਤ ਨੈਸਾਨ। ਨੈਸਾਨ ਇਕੱਠਾ ਸ਼ਬਦ ਨਹੀਂ ਹੈ, ਨੈਸਾਨ ਵੱਖਰਾ ਵੱਖਰਾ ਸ਼ਬਦ ਹੈ। ਨੈ ਕਹਿੰਦੇ ਨੇ ਨਦੀ ਨੂੰ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਿ ਉਸ ਬੰਦੇ ਦੇ ਵਿੱਚ ਨਿਰਦੈਤਾ, ਮੋਹ, ਖੁਆਇਸ਼ਾਂ ਅਤੇ ਹਉਮੇ ਨਦੀ ਦੀ ਤਰ੍ਹਾਂ ਵਗਦੀਆਂ ਨੇ। ਜਿੱਦਾਂ ਨਦੀ ਦਾ ਜਲ ਜਿਹੜਾ ਹੈ ਨਾ, ਉਹ ਬਹੁਤਾਤ ਦੇ ਵਿੱਚ ਠਾਠਾਂ ਮਾਰਦਾ ਹੈ। ਜਿਸ ਬੰਦੇ ਦੇ ਵਿੱਚ ਪਰਮੇਸ਼ਰ ਦਾ ਭਾਉ ਨਹੀਂ, ਜਿਹਦੇ ਅੰਦਰ ਰੱਬ ਦਾ ਡਰ ਨਹੀਂ, ਇਹ ਚੀਜ਼ਾਂ ਦਾ ਹੜ ਆਇਆ ਰਹਿੰਦਾ ਹੈ ਉਹਦੇ ਅੰਦਰ। ਵਿਸ਼ੇ ਵਿਕਾਰ ਉਛਾਲੇ ਮਾਰਦੇ ਰਹਿੰਦੇ ਨੇ, ਦਰਿਆ ਵਗਦਾ ਰਹਿੰਦਾ ਹੈ। ਇਸ ਵਿੱਚ ਭੁੱਖ ਉਹਦੇ ਅੰਦਰ, ਤ੍ਰਿਸ਼ਨਾ ਭੁੱਖ ਜਿਹੜੀ ਹੈ ਬਣੀ ਰਹਿੰਦੀ ਹੈ ਵਗਦੀ ਨਦੀ ਦੀ ਤਰ੍ਹਾਂ। ਭਉ ਖਾਣਾ ਪੀਣਾ ਆਧਾਰ, ਬਿਣ ਖਾਧੇ ਮਰ ਹੋਏ ਗਵਾਰ। ਭਉ ਖਾਣਾ, ਲੇਕਿਨ ਉਹਦੇ ਓਪੋਜਿਟ ਵਿਪਰੀਤ, ਜਿਹੜਾ ਮਨੁੱਖ ਰੱਬ ਦੇ ਭਉ ਨੂੰ ਆਪਣਾ ਖਾਣਾ ਬਣਾਉਂਦਾ ਹੈ, ਆਤਮਿਕ ਭੋਜਨ। ਇਹ ਆਤਮਿਕ ਭੋਜਨ ਹੈ, ਜਿਵੇਂ ਸਰੀਰ ਦਾ ਭੋਜਨ ਪ੍ਰਸ਼ਾਦਾ ਪਾਣੀ ਹੈ ਨਾ, ਇਸ ਤਰ੍ਹਾਂ ਮਨ ਦਾ ਭੋਜਨ, ਆਤਮੇ ਦਾ ਭੋਜਨ ਜਿਹੜਾ ਹੈ ਉਹ ਰੱਬ ਦੇ ਭਉ ਨੂੰ ਬਣਾਉਣਾ ਹੈ। ਭਉ ਖਾਣਾ ਪੀਣਾ ਆਧਾਰ, ਜਿਹੜਾ ਖਾਣਾ ਪੀਣਾ ਰੱਬ ਦੇ ਭਉ ਰੂਪੀ ਭੋਜਨ ਨੂੰ ਆਪਣੇ ਆਤਮਿਕ ਜੀਵਨ ਦਾ ਆਧਾਰ ਬਣਾਉਂਦਾ ਹੈ। ਵਿਣ ਖਾਧੇ ਮਰ ਹੋਏ ਗਵਾਰ, ਉਹਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ। ਲੇਕਿਨ ਜਿਹੜਾ ਨਹੀਂ ਖਾਂਦਾ ਰੱਬ ਦਾ ਭਉ, ਵਿਣ ਖਾਧੇ, ਜਿਹੜਾ ਰੱਬ ਦਾ ਡਰ ਨਹੀਂ ਖਾਂਦਾ, ਰੱਬ ਦਾ ਭਉ ਨਹੀਂ ਰੱਖਦਾ ਪਰਮੇਸ਼ਰ ਦਾ, ਮਰ ਹੋਏ ਗਵਾਰ, ਉਹ ਗਵਾਰ ਮੂਰਖ ਜਿਹੜੇ ਬੰਦੇ ਨੇ ਉਹ ਆਤਮਿਕ ਮੌਤੇ ਮਰਦੇ ਹਨ, ਖੁਆਰ ਹੁੰਦੇ ਹਨ। ਜਿਸ ਕਾ ਕੋਏ ਕੋਈ ਕੋਏ ਕੋਏ, ਜਿਹਨੇ ਆਪਣਾ ਕੋਈ ਆਸਰਾ ਜਿਹੜਾ ਹੈ ਦੁਨਿਆਵੀ ਤੌਰ ਦੇ ਉੱਪਰ ਲੱਭਿਆ ਹੋਇਆ ਹੈ, ਫੜਿਆ ਹੋਇਆ ਹੈ, ਕੋਈ ਕਿਸੇ ਬੰਦੇ ਦੇ ਮਗਰ ਲੱਗਾ ਫਿਰਦਾ ਹੈ, ਕੋਈ ਕਿਸੇ ਦੇ ਮਗਰ ਪਿੱਛੇ ਤੁਰਿਆ ਫਿਰਦਾ ਹੈ। ਜਿਸ ਕਾ ਕੋਏ ਕੋਈ ਕੋਏ ਕੋਏ, ਮਹਾਰਾਜ ਕਹਿੰਦੇ ਨੇ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਹੇ ਵਾਹਿਗੁਰੂ, ਬੰਦੇ ਤਾਂ ਇਹ ਸੋਚਦੇ ਨੇ ਆਸ਼ਾਵਾਂ ਤ੍ਰਿਸ਼ਨਾ ਦੇ ਵਿੱਚ ਬੱਧੇ ਕਿ ਫਲਾਣੇ ਬੰਦੇ ਕੋਲੋਂ ਮੇਰਾ ਸਵਾਰਥ ਪੂਰਾ ਹੋਣਾ ਹੈ, ਉਹਨੂੰ ਆਪਣਾ ਰੱਬ ਬਣਾਈ ਫਿਰਦਾ ਹੈ, ਕੋਈ ਕਿਸੇ ਨੂੰ ਆਪਣਾ ਰੱਬ ਬਣਾਈ ਫਿਰਦਾ ਹੈ। ਪਰ ਅਸਲੀਅਤ ਗੱਲ ਇਹ ਹੈ ਕਿ ਹੇ ਵਾਹਿਗੁਰੂ, ਤੂੰ ਸਾਰਿਆਂ ਦਾ ਹੈ ਅਤੇ ਸਾਰੇ ਜੀਵ ਤੇਰੇ ਹਨ। ਸਭ ਕੋ ਤੇਰਾ ਤੂੰ ਸਭਨਾ ਕਾ ਸੋਏ, ਜਾਂ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ। ਜਿਸ ਪਰਮਾਤਮਾ ਦੇ ਜੀਵ ਪੈਦਾ ਕੀਤੇ ਹੋਏ ਨੇ, ਜੰਤੂ ਅਤੇ ਧਨ ਮਾਲ ਸਾਰਾ ਸੰਸਾਰ ਜਿਸ ਪਰਮਾਤਮਾ ਦਾ ਹੈ, ਮਹਾਰਾਜ ਕਹਿੰਦੇ ਨੇ ਹੇ ਨਾਨਕ ਆਖਣ ਬਿਖਮ ਵਿਚਾਰ, ਉਹਦੀਆਂ ਵਡਿਆਈਆਂ ਨੂੰ ਆਖਣਾ, ਉਹਦੇ ਹੁਕਮ ਨੂੰ ਕਹਿਣਾ ਬੜੀ ਔਖੀ ਵਿਚਾਰ ਹੈ। ਬਿਖਮ ਵਿਚਾਰ ਦਾ ਮਤਲਬ ਬੜੀ ਔਖੀ ਗੱਲ ਹੈ, ਉਹਦੇ ਪਸਾਰੇ ਦਾ ਬਿਆਨ ਕਰਨਾ, ਉਹਦੀਆਂ ਵਡਿਆਈਆਂ, ਉਹਦੇ ਖਿਲਾਰੇ ਦਾ, ਉਹਦੀਆਂ ਸਿਫਤਾਂ ਦਾ ਅੰਤ ਪਾਉਣਾ, ਕਥਨ ਕਰਨਾ, ਇਹ ਬਹੁਤ ਔਖਾ ਹੈ। ਮਾਲਕ ਕਿਰਪਾ ਕਰਨ ਸਾਡੇ ਅੰਦਰ ਰੱਬ ਦਾ ਭੈ ਵਸ ਜਾਵੇ, ਇਸ ਸ਼ਬਦ ਵਿੱਚ ਰੱਬੀ ਭਉ ਨੂੰ ਆਪਣੇ ਅੰਦਰ ਵਸਾਉਣ ਦਾ ਹੁਕਮ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ, ਅਤੇ ਅਸੀਂ ਆਪਣੇ ਅੰਦਰ ਵਸਾ ਲਈਏ। ਡਰ ਵਸ ਗਿਆ, ਸਾਡੇ ਸਾਰੇ ਸਹਿਮ ਦੂਰ ਹੋ ਜਾਣਗੇ, ਜੀਵਨ ਵਿੱਚ ਕਦੇ ਪਾਪ ਨਹੀਂ ਰਹੇਗਾ। ਪਾਪ ਹੀ ਗੰਦਾ ਕਰਦਾ ਹੈ, ਮਨੁੱਖ ਨੂੰ ਮੈਲਾ ਕਰਦਾ ਹੈ। ਜੇ ਪਾਪ ਹੀ ਨਾ ਰਿਹਾ ਤਾਂ ਮਨੁੱਖ ਪਵਿੱਤਰ ਹੋ ਜਾਵੇਗਾ, ਪਰ ਇਹ ਪਾਪ, ਇਹ ਮੈਲ ਕੱਟੇਗਾ ਰੱਬ ਦਾ ਭਉ, ਪਰਮੇਸ਼ਰ ਦਾ ਡਰ ਜਿਹੜਾ ਹੈ। ਸੋ ਸਾਹਿਬ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਵਸ ਜਾਵੇ। ਕੱਲ੍ਹ ਅਗਲੇ ਸ਼ਬਦ ਦੀ ਵਿਚਾਰ ਸਾਂਝੀ ਕਰਾਂਗੇ। ਸਾਰਿਆਂ ਸੰਗਤਾਂ ਦਾ ਧੰਨਵਾਦ ਹੈ, ਫਤਿਹ ਦੀ ਸਾਂਝ ਕਰੋ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਤ ਕਥਾ ਕਹੀਏ ਗੁਰਪਾ, ਅਕਤ ਕਥਾ